जद्दी सरदारां दा गढ़ है हलका लंबी ते इस वार लंबी च टक्कर जद्दी सरदारां दी ही है। बादल परिवार नूं टक्कर देणगे अबल खुराने वाले जद्दी सरदार। सियासत विरासत विच्चों आई है, निम्रता दी गवाही लोक भरदे है। ਉਹ ਨਵੇਂ ਨਹੀਂ ਪਹਿਲਾਂ ਤੋਂ ਹੀ ਨਾਲ ਅਸੀਂ ਮੇਲੇ ਲੱਗਦੇ। ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਅੱਜ ਤੱਕ ਕੋਈ ਸਿਕਿਉਰਿਟੀ ਗਾਰਡ ਨਹੀਂ ਲਿਆ, ਕਿਤੇ ਸਰਕਾਰ ਤੋਂ ਨਹੀਂ ਮੰਗ ਕੀਤੀ, ਕਿਤੇ ਕਿਸੇ ਤੋਂ ਨਹੀਂ ਮੰਗ ਕੀਤੀ। ਰਹਿਣਾ ਲੋਕਾਂ 'ਚ ਰਹਿਣਾ ਆਮ ਹੈ, ਅਤੇ ਜੇ ਪਿਆਰ ਅਤੇ ਸਤਿਕਾਰ ਜੇ ਲੋਕਾਂ ਦਾ ਮਿਲਣਾ ਹੈ ਲੋਕਾਂ ਨਾਲ ਥੋੜ੍ਹਾ ਮਿਲਣਾ। ਤੁਹਾਨੂੰ ਪ੍ਰਧਾਨਗੀ ਮਿਲਣ ਲੱਗੀ ਸੀ, ਤੁਹਾਡੇ ਤੇ ਇਹ ਇਲਜ਼ਾਮ ਸੀ ਯੂਥ ਕਾਂਗਰਸ ਦੀ, ਯੂਥ ਕਾਂਗਰਸ ਵਾਲੀ ਹੈ ਪੰਜਾਬ ਦੀ। ਹਾਂ, ਤਾਂ ਤੁਹਾਡੇ ਤੇ ਇਹ ਇਲਜ਼ਾਮ ਸੀ ਵੀ ਯਾਰ ਬੜਾ ਜ਼ਿਆਦਾ ਹੀ ਸ਼ਰੀਫ ਆ, ਮਤਲਬ ਸ਼ਰਾਰਤ। ਕਿਸੇ ਜ਼ਮਾਨੇ ਕਿਸੇ ਟਾਈਮ ਦੇ ਵਿੱਚ ਸ਼ਰਾਫਤ ਨੂੰ ਕਮਜ਼ੋਰੀ ਵੀ ਸਮਝਿਆ ਜਾ ਸਕਦਾ ਹੈ ਜੋ ਹਾਲਾਤ ਹੁੰਦੇ ਨੇ, ਪਰ ਮੈਂ ਇੱਕ ਗੱਲ ਕਹਿ ਸਕਦਾ, ਜਿਹੜੇ ਉੱਤੋਂ ਸ਼ਰੀਫ ਨਰਮ ਹੁੰਦੇ ਨੇ ਨਾ, ਅੰਦਰੋਂ ਸਖਤ ਵੀ ਬਹੁਤ ਹੁੰਦੇ ਨੇ। ਸਾਡੇ ਜਿੱਦੇ ਇੱਥੇ ਮਿਊਨਸੀਪੈਲਿਟੀ ਦਾ ਇਲੈਕਸ਼ਨ ਹੋਏ ਸੀ ਮਲੋਟ ਦੇ ਵਿੱਚ, ਜਿੱਦੇ ਮੇਰੇ ਵਰਕਰਾਂ ਨੂੰ ਜਾਂ ਮੇਰੇ ਸਾਥੀਆਂ ਨੂੰ ਲੋੜ ਪਈ ਸੀ, ਅਤੇ ਮੈਂ ਡਾਂਗ ਲੈ ਕੇ ਆਪ ਖੜ੍ਹਾ ਸੀ ਉੱਥੇ। ਆਇਆ ਨਹੀਂ ਸੀਗਾ, ਸਾਰਾ ਦਿਨ ਖੜ੍ਹਾ, ਵੋਟਾਂ ਪਾਈਆਂ, ਬੰਦਾ ਸਾਡਾ ਜਿੱਤਿਆ, ਇਲੈਕਸ਼ਨ ਹੋਇਆ, ਫਿਰ ਜਿੱਤਿਆ, ਹਾਰ ਪਾ ਕੇ ਫਿਰ ਨਿਕਲੇ ਸੀ। ਜਿਹੜੇ ਕੰਮ ਗਲਤ ਇੱਥੇ ਹੁੰਦੇ ਰਹੇ ਨੇ ਉਹਨਾਂ ਵਿੱਚ ਹਿੱਸੇਦਾਰੀਆਂ ਰਹਿਣੀਆਂ। ਇੱਥੋਂ ਤੱਕ ਤਾਂ ਇਹ ਵੀ ਜੇ ਕਿਸੇ ਦਾ ਡੈਥ ਸਰਟੀਫਿਕੇਟ ਲੈਣਾ ਤਾਂ ਉਹ ਨਹੀਂ ਮਿਲਦਾ ਸੀਗਾ, ਉਹ ਵੀ ਹਿੱਸੇ ਬਣਦੇ ਸੀਗੇ। ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜ ਰਹੇ ਨੇ ਇੱਥੋਂ, ਉਹ ਉਹਨਾਂ ਦੀ ਉਮਰ 97 ਹੈ ਇਸ ਵੇਲੇ, ਠੀਕ ਹੈ, ਜਾਂ 96 ਹੈ, ਪਰਮਾਤਮਾ ਉਹਨਾਂ ਨੂੰ ਲੰਮੀ ਉਮਰ ਦੇਵੇ। ਪਰ ਜਦੋਂ ਪਿਛਲੇ ਵਾਰੀ ਵੀ ਬਣਿਆ 10 ਸਾਲ ਉਹਨਾਂ ਨੇ ਹਲਕਾ ਠੇਕੇ 'ਤੇ ਰੱਖਿਆ। ਲਾਲ ਡੇਅਰੀ ਅਗਲਿਆਂ ਕੋਲ, ਉੱਥੇ ਨਾਂ ਲਿਖੇ ਜਾਂਦੇ ਆ। ਲਾਲ ਡੇਅਰੀ ਸ਼ਰਟ ਭਾਉਂ ਦੀ ਪੀਲੀ ਹੋਵੇ ਭਾਉਂ ਦੀ ਕਾਲੀ ਹੋਵੇ, ਇਹਦੀ ਕੋਈ ਸਮੱਸਿਆ ਨਹੀਂ, ਕਿਉਂਕਿ ਇਲਾਕੇ 'ਚ ਸਾਰਿਆਂ ਨੂੰ ਪਤਾ ਹੈ ਬਈ ਕੌਣ ਕਿੱਥੇ ਖੜ੍ਹਾ ਅਤੇ ਕਿੱਥੇ ਨਹੀਂ ਖੜ੍ਹਾ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਨਵਰੀਤ ਸਿਵੀਆ। ਗੱਲ ਇਹ ਆ ਕਿ ਬਾਬੂ ਰਾਜਬਲੀ ਖਾਨ ਸਾਹਿਬ ਨੇ ਨਾ ਜਿਹੜਾ ਸਾਡਾ ਏਰੀਆ ਸੀਗਾ, ਹਰੇਕ ਪਿੰਡ ਦੇ ਬਾਰੇ ਕੁਛ ਨਾ ਕੁਛ ਲਿਖਿਆ। ਹੁਣ ਕਈ ਪਿੰਡਾਂ ਬਾਰੇ ਬਹੁਤ ਸੋਹਣਾ ਲਿਖਿਆ, ਕਈਆਂ ਥੋੜ੍ਹਾ ਤਵਾ ਵੀ ਲਾਇਆ, ਪਰ ਉਹਨਾਂ ਨੇ ਹਰ ਪਿੰਡ ਨੂੰ ਐਂ ਤਰਤੀਬੱਧ ਕੀਤਾ ਆਪਦੀ ਕਲਮ ਦੇ ਵਿੱਚ। ਉਹਦੇ 'ਚ ਉਹ ਅਵਲ ਖਰਾਣੇ ਵਿੱਚ ਬਾਰੇ ਲਿਖਦੇ ਆ ਕਿ ਮੜਕ ਵਾਲੇ ਰਹਿੰਦੇ ਵਿੱਚ ਅਵਲ ਖਰਾਣੇ ਦੇ। ਤਾਂ ਮੇਰੇ ਨਾਲ ਅਵਲ ਖਰਾਣੇ ਤੋਂ ਇੱਕ ਅਜਿਹੇ ਸ਼ਖਸ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਲੰਬੀ ਤੋਂ, ਅਹਿਮੀਅਤ ਲੰਬੀ ਜਦੋਂ ਕਹਿ ਦਿੰਦੇ ਹਾਂ ਵੈਸੀ ਵੱਧ ਜਾਂਦੀ ਹੈ, ਥੋੜ੍ਹੀ ਸੀਟ 'ਚ ਫੀਲ ਆਉਂਦੀ ਹੈ, ਸੱਤਾ ਦੀ ਫੀਲ ਹੈ ਵੀ ਲੰਬੀ ਮਲੋਟ ਨੂੰ ਖੈਂਦੀ ਜੀ ਰੰਗ ਦੀ ਨਾਲ ਨਾਲ ਜਾਂਦੀ ਹੈ ਮਲੋਟ। ਹੋਰ ਸੁਣਾਓ, ਠੀਕ ਠਾਕ? ਹਾਂਜੀ ਠੀਕ ਠਾਕ, ਬਹੁਤ ਵਧੀਆ, ਕਿਰਪਾ। ਕਿਵੇਂ ਚੱਲ ਰਿਹਾ ਕੰਮ? ਬਹੁਤ ਵਧੀਆ ਜੀ, ਦਾਤੇ ਦੀ ਮਿਹਰ ਹੈ, ਲੋਕਾਂ ਦਾ ਸਾਥ ਹੈ, ਪਿਆਰ ਹੈ, ਸਤਿਕਾਰ ਹੈ, ਬਹੁਤ ਵਧੀਆ ਚੱਲ ਰਿਹਾ। ਤੁਸੀਂ ਜਿਸ ਪਰਿਵਾਰ ਤੋਂ ਤੁਹਾਡਾ ਚੱਲਦਾ ਹੈਗਾ ਹੈ ਨਾ, ਜਿਹੜਾ ਇਤਿਹਾਸ ਹੈ, ਖੁਦ ਮੰਤਰੀ ਰਹੇ ਆ ਤੁਹਾਡੇ ਡੈਡੀ ਹੈ ਨਾ ਗੁਰਨਾਮ ਸਿੰਘ, ਸੇਵਾਦਾਰ ਰਹੇ ਨੇ ਲੋਕਾਂ ਦੇ, ਮੰਤਰੀ ਮੁੰਤਰੀ ਦਾ ਉਹਨਾਂ ਨੇ ਕਿਤੇ ਕੀਤਾ ਨਾ, ਉਹਨਾਂ ਨੇ ਤਾਂ ਸਿਕਿਉਰਿਟੀ ਵੀ ਨਹੀਂ ਰੱਖੀ ਸੀ ਨਾਲ ਆਪਦੇ, ਜਿਹੜੀ ਸਿਕਿਉਰਿਟੀ ਮਿਲਦੀ ਹੈ ਮਿਨਿਸਟਰ ਨੂੰ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਦੇਣ ਲੱਗੇ ਸਾਡੇ ਸਿਕਿਉਰਿਟੀ ਉੱਥੇ ਲਾਉਣ ਲੱਗੇ ਘਰ 'ਤੇ, ਉਹ ਕਹਿੰਦੇ ਭਾਈ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ ਆਪਦੇ ਲੈ, ਉਹ ਲਿਖ ਕੇ ਦਿੱਤਾ ਸੀਗਾ ਵੀ ਸਿਕਿਉਰਿਟੀ ਨਹੀਂ ਚਾਹੀਦੀ ਸਾਨੂੰ। ਸਿਰਫ ਇੱਕ ਜਿਪਸੀ ਚੱਲਦੀ ਸੀ, ਨਾਲ ਚੱਲਦੀ ਸੀ, ਜਦੋਂ ਵੀ ਰਸਤੇ ਟ੍ਰੈਫਿਕ 'ਚ ਹੁੰਦੇ ਜਾਣਾ ਆਉਣਾ ਉਹ ਚੱਲਦੀ ਸੀ, ਆ ਨਹੀਂ ਬਈ ਰੈਜੀਡੈਂਸ 'ਤੇ ਇੱਥੇ ਸਿਕਿਉਰਿਟੀ ਲੱਗੀ ਹੈ, ਰੈਜੀਡੈਂਸ 'ਤੇ ਉੱਥੇ ਸਿਕਿਉਰਿਟੀ ਲੱਗੀ ਹੈ। ਔਰ ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਅੱਜ ਤੱਕ ਕੋਈ ਸਿਕਿਉਰਿਟੀ ਗਾਰਡ ਨਹੀਂ ਲਿਆ। ਅੱਛਾ? ਹਾਂ, ਨਾ ਕਿਤੇ ਸਰਕਾਰ ਤੋਂ ਨਹੀਂ ਮੰਗ ਕੀਤੀ, ਕਿਤੇ ਕਿਸੇ ਤੋਂ ਨਹੀਂ ਮੰਗ ਕੀਤੀ। ਰਹਿਣਾ ਲੋਕਾਂ 'ਚ, ਰਹਿਣਾ ਆਮ ਹੈ, ਅਤੇ ਜੇ ਪਿਆਰ ਅਤੇ ਸਤਿਕਾਰ ਜੇ ਲੋਕਾਂ ਦਾ ਮਿਲਣਾ ਹੈ ਬੰਦੂਕਾਂ ਨਾਲ ਥੋੜ੍ਹਾ ਮਿਲਣਾ, ਇਹ ਤਾਂ ਵਿੱਚ ਰਹਿ ਕੇ ਮਿਲਣਾ। ਇੱਕ 10 ਸਾਲ ਦਾ ਮੈਨੂੰ ਤੁਹਾਡੀ, ਮਤਲਬ ਮੈਂ ਜਦੋਂ ਤੁਹਾਨੂੰ ਦੇਖਦਾ ਹੈ ਨਾ, ਮੈਨੂੰ ਉਹ 10 ਸਾਲ ਨਹੀਂ ਸਮਝ ਆਉਂਦੇ, ਮਤਲਬ ਪੂਰੀ ਤਰ੍ਹਾਂ ਤੁਸੀਂ ਪਹਿਲਾਂ ਐਕਟਿਵ ਸੀਗੇ, ਪਰ 10 ਸਾਲ ਐਂ ਜੇ ਲੱਗਿਆ ਜਿਵੇਂ ਵੀ ਠੀਕ ਆ, ਥੋੜ੍ਹਾ ਬਹੁਤਾ ਸੀ ਪਰ ਨਾ ਕਦੇ ਸੀਟ 'ਤੇ ਦਾਅਵੇਦਾਰੀ, ਐਂ ਜੇ ਲੱਗਿਆ ਵੀ ਜਿਵੇਂ ਉਹ ਬਣਵਾਸ ਜਿਹਾ ਹੀ ਰਹਿ ਗਿਆ। ਹਾਂ, ਉਹਦਾ ਕਾਰਨ ਸੀਗਾ ਮੇਰੇ ਪਿਤਾ ਜੀ ਢਿੱਲੇ ਹੋ ਗਏ, ਔਰ ਉਹਨਾਂ ਨੂੰ ਇੱਕ ਜਿਹੜਾ ਇਸ਼ੂ ਸੀਗਾ ਨਿਊਰੋਲੋਜੀਕਲ ਸੀਗਾ, ਔਰ ਉਹ ਬਿਮਾਰੀ ਨੂੰ ਪਤਾ ਲੱਗਦੇ ਲੱਗਦਿਆਂ ਸਾਨੂੰ ਬੜਾ ਟਾਈਮ ਲੱਗਿਆ। ਓਕੇ, ਅਤੇ ਉਸ ਦੇ ਵਿੱਚ ਫਿਰ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਈਆਂ, ਅਤੇ ਤੁਸੀਂ ਸਮਝ ਲਓ 14 ਸਾਲ ਚੱਲਿਆ,
तो एक 14 साल की जी सेवा परमात्मा ने लाती तो फिर वो सेवा की आनंद माने उन्होंने रह के उन्होंने सेवा की और लोगों के भी तालमेल रख्या। पर जड़े रुतबे है जड़े अहदे है ज कोई पार्टी के इलेक्शन लड़ना 7 च भी टिकट नहीं मंगी 12 च भी नहीं मंगी तो असं इस गलते चलते रहे कि सब तो पहला माता पिता की सेवा है बाकी बाद च गल लैना। मेरे माता जी भी ढिले हो गए सी बिजली वो पहला पूरे हुए फिर पिता जी हुए सो वो जी परमात्मा ने सेवा लाई सी। भी पछड़ जाएंगे जी तो 10 साल क्योंकि 10-12 हूँ तो क्या 10-12 साल तो बहुत व्डा होंगे है। पर लोगों जुड़े रहो जो आपके जमीन के लोगों जुड़े हैं देखो जिन्हें सेवा करनी उन्हें लोगों की सेवा करनी है तो उन्होंने ना तो वह कोई फर्क पैदा है और सिर्फ ये हो जाता भी जो काम है काम थोड़े जो तरीके सौखे हो जाते हैं जो थोड़ा जहा घट हो पर इन्ना क सच्चे पातशाह की कृपा सी बी जरा अवल खराणा साहब का रसूख से तो प्यार से सत्कार से ब्यूरोक्रेसी के पार्टी के पार्टी जुड़े रहे पार्टी के काम करते रहे सारे थावान जिते कितने ड्यूटी लगती जाते भी सी। पर मैं उन्होंने 12-13 सालों 14 सालों आपके पिता तो कितने 2 तो 3 रातों तो ज़्यादा कितने बाहर पासे नहीं होया भी बहुत घट कि टक्कर मतलब जे एक पासे हुण जे लोक आ है ना मुख्यमंत्री का चेहरा मतलब उस परिवार च सत्ता रहनी है उन्हें वो हल्के तो इतों लड़ते आ आपकी तुम दावेदारी को किमें देखते हो। हालांकि मैं ये भी मानता भी इन सीटा के उत्ते चाहे लंबी आ मजीठा या पटियाला जड़े उम्मीदवार नहीं भी जित पाते पार्टी तो वह स्टेटस लगभग एम एल ए वाला ही उन्होंने होंगे ही है इसका कोई शक नहीं वो ठीक है जी गल पर गल ये भी साढ़े वास्ते कोई वड्डी लड़ाई नहीं असी इतने जड़िया लड़ाइया मैं तो छोटे होंदे तो देखदा हां पिता जी साढ़े इतने मार्केट कमेटी चेयरमैनी दे विच सिंह फसते रहे ने फिर ब्लॉक समिति दे विच फसते रहे ने और एक टाइम यह ब्लॉक समिति दे विच 10 साढ़े कोल सी 10 उन्हां कोल सी जिहड़ा इंडिपेंडेंट सीगा वो चेयरमैन बनिया सीगा वो भी कांग्रेस पार्टी का सीगा वो साढ़े पिंड दा सीगा और एससी परिवार चो सीगा ते वो जदों एक कला सदा गुरदर्शन सिंह ने बनाया सीगा बंदा बनिया सीगा उन्हां दी वोट सी पर अखीर च वो चेयरमैन बनया सी साडा एक भी बंदा नहीं टुटे साडे धड़े अड्डे पक्के ने इत्थे मतलब थोनू ए टक्कर नू ए नहीं लगदा कि कोई ना 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 साडे वास टक्कर बाहर उन्हां दा कद बहुत वड्डा है 5 वारी चीफ मिनिस्टर रहे ने वो वखरी गल है पर वो कहंदे ना भी जदों करका जोगड़ा जोगड़ी करका जोगी जोगड़ा बाहर का जोगी सिद्ध ये तो घर दे जोगी ने यह तो घर के सानू तो इत्थे रहे हैं सानू पता है किन्ने जोगे ने तो यह कहा जाता कि सब तो वध पंजाब का पैसा ही इत्थे लग्या गलियां नालियां च पैसा डबोता जी सारा जिन्ना पैसा लाया गलियां नालियां च लाया इन्होंने और जिहड़ा डिवेलपमेंट का इन्हों का मॉडल है मैं 1998 की गल करदा है तो मैं मौका मिलया उस आदमपुर की बाय इलेक्शन सी तो जो मैं उस आदमपुर की बाय इलेक्शन जाके गए असी तो जिहड़ियां गलियां सरदार प्रकाश सिंह बादल ने और अकाली दल ने 2017 तो पहला आके बनाईया 2015 च बनाईया इन्होंने 2016 च वो 98 च आदमपुर के पिंडा दे विच बनिया हुई सी। अच्छा पिछड़िया होया इलाका सी इन्होंने बस पहला गल गलियां बना दो गलियां ढा दो तुसी उस मुख्यमंत्री तो की एक्सपैक्ट कर सकते हो जिहड़ा मुख्यमंत्री संगत दर्शन कर दे संगत दर्शन ते जाना उन्होंने संगत दर्शन से जो तो पैसे देने सरकार दे कह देना थोड़े मोटे ला दौ भाई डीसी खड़े ने SSP खड़े ने अफसर खड़े ने और यार उन्होंने सामने कह देना वो थोड़े मोटे ला दौ बाकी वेखी जाऊगी तो तुम की कैर करना चाह रहे हो ठीक है और इन्होंने ये बहुत व्डे हो चुके ने यह तो ठेका चकते हैं इलाके का और ठेके के सत्त पिंड ने जोड़े वो चक के फड़ा देंगे ने इन्हों जे इन्हों करिंदे ने इतने और करिंदे फिर जो इन्ह लोगों का खून चूसते हैं वो तुम तुरते फिरते इलाके च फिरते हो तो पता करो भी दयाल सिंह कोलें वाले ने किमें लोगों का खून चूसिया ठीक है और उधरों दूजे पासे जे इस पासे से बंदे तरमाले हरी होंगे वह भी नहीं रहे और हशर माड़ा ही होंगे माड़े पैसे का हशर माड़ा ही होंगे और लोगों ने मतलब लोगों को ऐ दलील करके जी आज़ादी 1947 च मिली सी ना वो इन्होंने ये 10 सालों लोगों को फिर गुलाम कराता उस आज़ादी तो कढ़ के कोई भी छोटे तो छोटा काम जे करवाना हुंदा सी तो इन्हां दे जिहड़े डेरे सी जां इन्हां दे कोठियां सी जां इन्हां दे घर सी ये हल्का इंचार्ज बनाए सी 5-5, 10-10, 7-7 पिंडां ते उन्हां दे जाके घरां ते बैठना पैंदा सी उन्हां दी दरकारां सुननियां पैंदियां सी उन्हां नूं सहन करके फिर जाके टेलीफोन हुंदा सी वी इहदा राशन कार्ड बना दे लत्त थल्लों दी टपा के काम हुंदे सी सारे जिहड़ी आज़ादी शहीद भगत सिंह होरां ने लई और वड्डे जड़े कुर्बानियां दे के लाला लाजपत राय ते होर सारे ने इन्होंने डेमोक्रेसी की डेमोक्रेसी आम लोगों को आज़ादी होंगी है ठीक है आपदे काम कराओ जाओ काम कराओ दफ्तर के आज़ाद हो
ਸਰਕਾਰ ਨੇ ਕੰਮ ਕਰਨੇ ਆ, ਤੁਸੀਂ ਕੰਮ ਕਰਾਉਣਾ ਚਾਹੋ ਆਪਦਾ, ਜਿਹੜਾ ਤੁਹਾਡਾ ਹੱਕ ਬਣਦਾ ਲਓ ਜਾ ਕੇ। ਪਰ ਇਹ ਕਹਿੰਦੇ ਸੀ ਵੀ ਜੋ ਵੀ ਮਿਲ ਰਿਹਾ ਇਹ ਸਾਡੇ ਘਰੋਂ ਜਾ ਰਿਹਾ, ਅਸੀਂ ਤੁਹਾਨੂੰ ਦੇ ਰਹੇ ਹਾਂ, ਅਤੇ ਜੇ ਤਾਂ ਦੇ ਰਹੇ ਵੀ ਤੁਸੀਂ ਸਾਡੇ ਨਾਲ ਹੈ, ਸਾਡੇ ਹਿਸਾਬ ਨਾਲ ਚੱਲੋਗੇ ਤਾਂ ਫਿਰ ਮਿਲੂਗਾ। ਇਹ ਹਾਲ ਸੀ ਲਾਲ ਡੇਅਰੀ ਅਗਲਿਆਂ ਕੋਲ, ਉੱਥੇ ਨਾਂ ਲਿਖੇ ਜਾਂਦੇ ਆ ਲਾਲ ਡੇਅਰੀ। ਸ਼ਰਟ ਭਾਵਾਂ ਦੀ ਪੀਲੀ ਹੋਵੇ ਭਾਵਾਂ ਦੀ ਕਾਲੀ ਹੋਵੇ, ਇਹਦੀ ਕੋਈ ਸਮੱਸਿਆ ਨਹੀਂ, ਕਿਉਂਕਿ ਇਲਾਕੇ 'ਚ ਸਾਰਿਆਂ ਨੂੰ ਪਤਾ ਹੈ ਵੀ ਕੌਣ ਕਿੱਥੇ ਖੜ੍ਹਾ ਅਤੇ ਕਿੱਥੇ ਨਹੀਂ ਖੜ੍ਹਾ। ਤੁਹਾਡੀ ਆਪਦੀ ਪਾਰਟੀ ਦੇ ਜਦੋਂ ਮਤਲਬ ਇੱਥੇ ਉਹਨਾਂ ਨੇ ਹੈ ਨਾ ਕਾਫੀ ਸਮਾਂ ਇਹਨਾਂ ਨੂੰ ਰੀਪ੍ਰਜੈਂਟ ਕੀਤਾ ਕਾਂਗਰਸ ਨੂੰ, ਖੁੱਡੀਆਂ ਸਭ ਆਪ 'ਚ ਚਲੇ ਗਏ ਆ, ਉਹਦੇ ਨਾਲ ਵੀ ਤਾਂ ਇੱਕ ਫਰਕ ਪੈਂਦਾ, ਉਹ ਵੀ ਤਾਂ ਕੁਛ ਬੰਦੇ ਨਾਲ ਲੈ ਕੇ ਗਏ ਹੋਣੇ ਇੱਦਾਂ ਕਾਂਗਰਸ ਦੇ। ਨਹੀਂ ਜੀ, ਕੋਈ ਬੰਦੇ ਉਹਨਾਂ ਦੇ ਨਾਲ ਨਹੀਂ ਗਏ। ਔਰ ਜਦੋਂ ਤੱਕ ਆਪ ਪਾਰਟੀ ਦੀ ਗੱਲ ਹੀ ਕਰ ਲਈਏ ਪਹਿਲਾਂ ਤਾਂ ਆਪਾਂ, ਆਪ ਪਾਰਟੀ ਦਾ ਹਿਸਾਬ ਕਿਤਾਬ ਵੀ ਇਹ ਜੀ ਕਿ ਆਪ ਪਾਰਟੀ ਦਾ ਇੱਥੇ ਕੈਂਡੀਡੇਟ ਆਇਆ ਸੀ ਪਿਛਲੇ ਵਾਰੀ ਜਰਨੈਲ ਸਿੰਘ, ਉਹਨੂੰ 20-22 ਹਜ਼ਾਰ ਵੋਟ ਪਈ। ਮੈਂ ਪਾਰਟੀ ਦੇ ਭਗਵੰਤ ਸਿੰਘ ਰਾਣੂ, ਕੇਜਰੀਵਾਲ ਨੂੰ ਔਰ ਇਹਨਾਂ ਦੇ CLP ਦੇ ਲੀਡਰ ਨੂੰ ਇਹ ਪੁੱਛਣਾ ਚਾਹੁੰਦਾ ਬਈ ਲੰਮੀ ਪੰਜਾਬ ਦੇ ਨਕਸ਼ੇ ਤੋਂ ਨਿਕਲ ਗਿਆ ਸੀਗਾ 5 ਸਾਲ ਵਾਸਤੇ, ਤੁਸੀਂ 5 ਸਾਲ 'ਚ ਤੁਹਾਡਾ ਕੋਈ ਵੀ ਬੰਦਾ ਇੱਥੇ ਆਇਆ ਹੋਵੇ, ਕੋਈ ਮੀਟਿੰਗ ਕੀਤੀ ਹੋਵੇ, ਇੱਕ ਵੀ ਸਬੂਤ ਦੇ ਦਿਓ ਬਈ 5 ਸਾਲਾਂ 'ਚ ਆਪ ਆਦਮੀ ਜਿਹੜਾ ਹੈਗਾ ਪਾਰਟੀ ਹੈ ਇਹਨੇ ਇੱਕ ਵੀ ਇੱਥੇ ਮੀਟਿੰਗ ਕੀਤੀ ਹੋਵੇ। ਜਿਹੜੀ ਪਾਰਟੀ ਨੇ ਡੱਬਾ ਲਾਇਆ, ਡੱਬੇ 'ਚ ਵੋਟਾਂ ਪਈਆਂ, ਉਹਦੇ ਬਾਅਦ ਨਹੀਂ ਨਿਕਲੀਆਂ ਨਿਕਲੀਆਂ, 22 ਹਜ਼ਾਰ ਬੰਦੇ ਨੇ ਵੋਟ ਪਾਈ ਸੀ। ਬਿਲਕੁਲ, 22 ਹਜ਼ਾਰ ਬੰਦੇ ਨੂੰ ਸਾਂਭਣ ਦਾ ਇਹਨਾਂ ਦਾ ਹੱਕ ਬਣਦਾ ਸੀ ਕਿ ਨਹੀਂ ਬਣਦਾ ਸੀ? ਜਦੋਂ ਸਾਂਭਣਾ ਹੀ ਕਿਸੇ ਨੂੰ ਨਹੀਂ, ਠੀਕ ਹੈ, ਨਹੀਂ ਜੇ ਕੈਪਟਨ ਸਾਹਿਬ ਨਹੀਂ ਆ, ਕੈਪਟਨ ਸਾਹਿਬ ਦੀ ਪਾਰਟੀ ਸੀ, ਉਹਦੇ ਇੱਥੇ ਸਿਸਟਮ ਸੀ, ਉਹਦੇ ਆਪਣਾ ਡਿਸਟ੍ਰਿਕਟ ਦੇ ਪ੍ਰਧਾਨ ਸੀ, ਹਲਕਾ ਇੰਚਾਰਜ ਸੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਜੇ ਕੋਈ ਬੇਈਮਾਨ ਹੀ ਹੋ ਜੇ ਉਹਦਾ ਕੋਈ ਇਲਾਜ ਨਹੀਂ। ਰਾਜਨੀਤੀ ਦੇ ਵਿੱਚ ਬਦਕਿਸਮਤੀ ਹੈ, ਲੋਕ ਨਿੱਜੀ ਸਵਾਰਥ ਵਾਸਤੇ ਰਾਜਨੀਤੀ ਕਰਨ ਲੱਗ ਪਏ, ਬਿਜ਼ਨਸ ਬਣ ਗਿਆ, ਪ੍ਰੋਫੈਸ਼ਨ ਬਣ ਗਿਆ। ਤੁਹਾਡੇ ਬਾਰੇ ਇੱਕ ਕਿੱਸਾ ਮੈਂ ਜਿਹੜਾ ਮੈਨੂੰ ਕਿਸੇ ਲੀਡਰ ਨੇ ਦੱਸਿਆ ਸੀ ਵੱਡਿਆਂ ਨੇ, ਮਤਲਬ ਵੀ ਤੁਹਾਨੂੰ ਪ੍ਰਧਾਨਗੀ ਮਿਲਣ ਲੱਗੀ ਸੀ ਤੇ ਤੁਹਾਡੇ ਤੇ ਇਹ ਇਲਜ਼ਾਮ ਸੀ, ਯੂਥ ਕਾਂਗਰਸ ਵਾਲੀ ਪੰਜਾਬ ਦੀ, ਹਾਂ, ਤੇ ਤੁਹਾਡੇ ਤੇ ਇਹ ਇਲਜ਼ਾਮ ਸੀ ਵੀ ਯਾਰ ਬੜਾ ਜ਼ਿਆਦਾ ਹੀ ਸ਼ਰੀਫ ਆ, ਆ ਮਤਲਬ ਸ਼ਰਾਫਤ। ਦੇਖੋ ਬਈ ਜੋ ਬੰਦਾ ਅੰਦਰ ਅਤੇ ਬਾਹਰੋਂ ਸਹੀ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ, ਠੀਕ ਹੈ ਨਾ, ਅਤੇ ਕਿਸੇ ਜ਼ਮਾਨੇ 'ਚ ਸ਼ਰਾਫਤ ਹੈ ਜਿਹੜਾ ਗੁਣ ਹੈ, ਕਿਸੇ ਜ਼ਮਾਨੇ 'ਚ ਕਿਸੇ ਟਾਈਮ ਦੇ ਵਿੱਚ ਸ਼ਰਾਫਤ ਨੂੰ ਕਮਜ਼ੋਰੀ ਵੀ ਸਮਝਿਆ ਜਾ ਸਕਦਾ ਜੋ ਹਾਲਾਤ ਹੁੰਦੇ ਨੇ। ਪਰ ਮੈਂ ਇੱਕ ਗੱਲ ਕਹਿ ਸਕਦਾ, ਜਿਹੜੇ ਉੱਤੋਂ ਸ਼ਰੀਫ ਨਰਮ ਹੁੰਦੇ ਨੇ ਨਾ, ਅੰਦਰੋਂ ਸਖ਼ਤ ਵੀ ਬਹੁਤ ਹੁੰਦੇ ਨੇ। ਸਾਡੇ ਜਿੱਦੇ ਇੱਥੇ ਮਿਊਨਸੀਪੈਲਿਟੀ ਦਾ ਇਲੈਕਸ਼ਨ ਹੋਏ ਸੀ ਮਲੋੜ ਦੇ ਵਿੱਚ, ਜਿੱਦੇ ਮੇਰੇ ਵਰਕਰਾਂ ਨੂੰ ਜਾਂ ਮੇਰੇ ਸਾਥੀਆਂ ਨੂੰ ਲੋੜ ਪਈ ਸੀ, ਅਤੇ ਮੈਂ ਡਾਂਗ ਲੈ ਕੇ ਆਪ ਖੜ੍ਹਾ ਸੀ ਉੱਥੇ, ਆਇਆ ਨਹੀਂ ਸੀਗਾ, ਸਾਰਾ ਦਿਨ ਖੜ੍ਹਾ, ਵੋਟਾਂ ਪਵਾਈਆਂ, ਬੰਦਾ ਸਾਡਾ ਜਿੱਤਿਆ, ਇਲੈਕਸ਼ਨ ਹੋਇਆ, ਫਿਰ ਜਿੱਤਿਆ, ਹਾਰ ਪਾ ਕੇ ਫਿਰ ਨਿਕਲੇ ਸੀ ਉੱਥੋਂ। ਅਤੇ ਜਿਹੜੇ ਆਪਦੇ ਆਪ ਨੂੰ ਬਹੁਤੇ ਘੈਂਟ ਕਹਿੰਦੇ ਨੇ ਅਤੇ ਕਹਿੰਦੇ ਨੇ, ਉਹਨਾਂ ਦੇ ਟੈਲੀਫੋਨ ਬੰਦ ਕਰਕੇ ਭਾਲੇ ਨਹੀਂ ਥੇ ਆਏ ਸੀ। ਸੋ ਸ਼ਰਾਫਤ ਕਿਰਦਾਰ 'ਚ ਹੈ, ਇਹ ਪਰਿਵਾਰ ਕੰਨਿਓ ਮਿਲੀ ਹੈ, ਇੱਕ ਸਾਰੇ ਸੰਸਕਾਰ ਨੇ ਉਸ ਤੋਂ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਸਾਨੂੰ ਕੋਈ ਲਤੜ ਕੇ ਤੁਰ ਜੂਗਾ। ਚੰਗੀ ਗੱਲ ਮੰਨਦਾ ਵੀ ਚੰਗੇ ਸ਼ਰੀਫ ਬੰਦਾ ਹੋਣਾ ਚਾਹੀਦਾ, ਪਰ ਮਤਲਬ ਮੈਂ ਪਾਰਟੀਆਂ ਦੇ ਸਿਸਟਮ ਤੋਂ ਹੈਰਾਨ ਹਾਂ ਵੀ ਇਹਦੇ 'ਚ ਐਂ ਵੀ ਕਿਸੇ 'ਚ ਦੋਸ਼ ਕੱਢਿਆ ਜਾਂਦਾ ਹੈ। ਉਹ ਇਹ ਸਿਸਟਮ ਹਰ ਚੀਜ਼ 'ਚ ਇੱਕ ਸਾਈਕਲ ਹੁੰਦਾ ਜੀ, ਕੋਈ ਚੀਜ਼ ਚੰਗੀ ਆਉਂਦੀ ਹੈ ਫਿਰ ਬਾਈ ਜੀ ਵਾਪਸ ਹੋ ਜਾਂਦੀ ਹੈ, ਸਮਾਂ ਹੁੰਦਾ, ਹਰੇਕ ਚੀਜ਼ ਦਾ ਸਮਾਂ ਹੁੰਦਾ, ਚੰਗੇ ਮਾੜੇ ਦੀ ਪਹਿਚਾਣ ਵੀ ਹੋ ਜਾਂਦੀ ਹੈ, ਜਿਹੜਾ ਚੰਗਾ ਅਤੇ ਜਿਹੜਾ ਸੱਚ ਹੈ। ਰਾਜਨੀਤੀ ਲੋਕ ਕਹਿੰਦੇ ਝੂਠਦੀ ਹੈ, ਸਾਰਾ ਦਿਨ ਇਹਦੇ ਝੂਠ ਮਾਰੋਗੇ ਫਿਰ ਕਾਮਯਾਬ ਹੈ, ਜਾਂ ਤੱਲੇ ਚਟੋਗੇ ਤਾਂ ਕਾਮਯਾਬ ਹੈ। ਅਤੇ ਮੈਂ ਕਹਿੰਦਾ ਵੀ ਰਾਜਨੀਤੀ ਹੈ ਹੀ ਸੱਚ ਦੀ, ਜਿਹਨੇ ਰਾਜਨੀਤੀ 'ਚ ਰਹਿਣਾ, ਜੇ ਹੁਣ ਸਾਡਾ ਪਰਿਵਾਰ ਰਾਜਨੀਤੀ 'ਚ ਤੁਰਿਆ ਆਉਂਦਾ ਹੈ ਤਾਂ ਅਸੀਂ ਸੱਚ 'ਤੇ ਤੁਰੇ ਆਉਣੇ ਹਾਂ। ਕਾਰਨ ਕੀ ਹੈ ਵੀ ਜਿਹੜਾ ਕੰਮ ਹੋਣ ਵਾਲਾ ਨੂੰ ਕਹਿੰਦੇ ਵੀ ਹੋ ਸਕਦਾ, ਜਿਹੜਾ ਨਹੀਂ ਹੋਣ ਵਾਲਾ ਕਹਿੰਦੇ ਭਾਈ ਇਹ ਹੋ ਨਹੀਂ ਸਕਦਾ, ਟਾਈਮ ਨਾ ਖਰਾਬ ਕਰ, ਨਾਲੇ ਆਪਦਾ ਕਰੇਗਾ, ਨਾਲੇ ਪੈਸੇ ਖਰਾਬ ਕਰੇਗਾ ਆਪਦੇ, ਫਿਰ ਤੈਨੂੰ ਪਤਾ ਲੱਗੂਗਾ। ਸਾਡਾ ਤਜਰਬਾ ਵੀ ਆਹ ਚੀਜ਼ ਹੋ ਸਕਦੀ ਹੈ, ਨਹੀਂ ਹੋ ਸਕਦੀ, ਕਿਉਂਕਿ ਵਿਚਰੇ ਹੈ, ਉਸ ਕਰਕੇ ਸਾਨੂੰ ਉਸ ਗੱਲ ਦਾ ਪਤਾ। ਪਰ ਖੁੱਡੀਆਂ ਸਾਹਿਬ ਦੀ ਇੱਕ ਮੈਂ ਉਹਨਾਂ ਦੀ ਸਟੇਟਮੈਂਟ ਇੱਥੇ ਕੋਟ ਕਰਨੀ ਚਾਹੂੰਗਾ ਵੀ ਉਹਨਾਂ ਨੇ ਕਿਹਾ ਸੀ ਵੀ ਕਾਂਗਰਸ ਪਾਵਰ ਨਹੀਂ ਦਿੰਦੀ ਇਹ ਹਲਕਿਆਂ ਦੇ ਜਿਹੜੇ ਵੀ ਮਤਲਬ ਉਹਨਾਂ ਦੇ ਟੱਕਰ ਦੇਣ ਵਾਲੇ ਕੈਂਡੀਡੇਟ ਹੁੰਦੇ ਆ, ਉਹਨਾਂ ਨੂੰ ਉਨੀ ਤਾਕਤ ਨਹੀਂ ਮਿਲਦੀ। ਦੇਖੋ ਕਾਂਗਰਸ ਇੱਦਾਂ ਮਿਲਦੀ ਨਹੀਂ, ਤਾਕਤ ਕਿਉਂ ਨਹੀਂ ਮਿਲਦੀ? ਮੇਰੇ ਫਾਦਰ ਸਾਹਿਬ ਜਦੋਂ ਇੱਥੇ MLA ਬਣੇ, ਹਾਂ, ਉਹਨਾਂ ਨੇ ਮੰਤਰੀ ਵੀ ਬਣੇ ਬਾਅਦ 'ਚ, ਉਹਨਾਂ ਨੇ ਜਿਹੜੇ ਕੰਮ ਕੀਤੇ ਉਹ ਤਾਕਤ ਸਰਕਾਰ ਨੇ ਦਿੱਤੀ ਤਾਂ ਹੀ ਕੰਮ ਹੋਏ ਨਾ, ਕਾਂਗਰਸ ਪਾਰਟੀ ਨੇ ਤਾਕਤ ਦਿੱਤੀ ਤਾਂ ਹੀ ਕੰਮ ਹੋਏ। ਉਦੋਂ ਫਿਰ ਅੱਗੇ ਫਰੰਟ 'ਤੇ ਕੌਣ ਸੀ ਦੂਜੇ ਸਿਰ? ਵਿਰੋਧੀ ਧਿਰ? ਵਿਰੋਧੀ ਧਿਰ 'ਤੇ ਉਦੋਂ ਵੀ ਬਾਦਲ ਵਾਲੀ ਇੱਥੇ ਸੀਗੇ ਜੀ। ਅੱਛਾ, 92 ਦਾ ਇਲੈਕਸ਼ਨ ਸੀਗਾ, ਉਹ ਮਿਲੀਟੈਂਸੀ ਤੋਂ ਬਾਅਦ ਇਹਨੇ ਬਾਈਕਾਟ ਕੀਤਾ। ਪਰ ਬੰਦੇ ਤਾਂ ਅੱਗੇ ਖੜ੍ਹੇ, ਤੁਸੀਂ ਜੇ ਕੰਮ ਕਰਾਉਣੇ ਆ ਲੋਕਾਂ ਦੇ ਤਾਂ ਤੁਹਾਡੀ ਨੀਅਤ ਹੋਣੀ ਚਾਹੀਦੀ ਹੈ। ਜੇ ਤੁਹਾਡਾ, ਜੇ ਤੁਸੀਂ ਸੋਚੋ ਵੀ ਲੋਕਾਂ ਦੇ ਕੰਮ ਕਰਾਉਣ 'ਚ ਸਹਿਯੋਗ, ਤੁਹਾਡਾ ਸੋਚ ਉੱਧਰ ਹੈ ਨਹੀਂ ਗੀ, ਫਿਰ ਤੁਸੀਂ ਇਹਨੂੰ ਕਹਿ ਸਕਦੇ ਹੋ ਵੀ ਤਾਕਤ ਨਹੀਂ ਮਿਲੀ ਜਾਂ ਸਾਡੇ ਕੰਮ ਨਹੀਂ ਹੋਏ, ਉਸ ਤਰੀਕੇ ਨਾਲ ਤੁਸੀਂ ਗੱਲ ਨੂੰ ਪੁੱਟਅਪ ਕਰ ਸਕਦੇ ਹੋ। ਪਰ ਜੇ ਸੱਚੇ, ਮੈਂ ਤਾਂ ਇੱਕ ਗੱਲ ਸਮਝਦਾ ਪੋਲੀਟਿਕਸ ਦੇ ਵਿੱਚ,
ਜਿਹਨੇ ਸੇਵਾ ਕਰਨੀ ਉਹਨੂੰ ਪਾਰਟੀਆਂ ਬਦਲਣ ਦੀ ਲੋੜ ਨਹੀਂ ਪੈਂਦੀ ਤੇ ਜਿਹੜਾ ਅੜ ਕੇ ਖੜਦਾ ਨਾ ਉਹੀ ਜਿੱਤਦਾ ਤੇ ਉਹੀ ਕਾਮਯਾਬ ਹੁੰਦਾ ਤੇ ਜਿਹੜਾ ਕਿਤੇ ਖੱਬੇ ਨੂੰ ਤੇ ਕਿਤੇ ਸੱਜੇ ਨੂੰ ਤੇ ਕਿਤੇ ਕਿਤੇ ਤੇ ਕਿਤੇ ਕਿਤੇ ਉਹਦਾ ਕਿਤੇ ਕੁਛ ਵੱਟਿਆ ਨਹੀਂ ਜਾਂਦਾ ਇਹ ਤਾਂ ਖੜਾ ਚਟਾਨ ਵਰਗਾ ਹੁੰਦਾ ਤੇ ਜਦੋਂ ਚਟਾਨ ਇੱਕ ਵਾਰੀ ਹਿੱਲ ਜੇ ਤਾਂ ਸੀਵੀਆ ਸਾਹਿਬ ਉਹ ਕੰਕਰ ਬਣ ਜਾਂਦਾ ਤੇ ਜਿਹੜੀ ਕੰਕਰ ਹੁੰਦੀ ਆ ਉਹਦੀ ਥਾਂ ਕਿੱਥੇ ਹੁੰਦੀ ਆ ਗਲੀ 'ਚ ਜਾਂਦਾ ਕੋਈ ਠੁੱਡਾ ਇੱਧਰੋਂ ਮਾਰ ਜਾਂਦਾ ਕੰਕਰ ਨੂੰ ਕੋਈ ਇੱਧਰੋਂ ਮਾਰ ਜਾਂਦਾ ਠੁੱਡਾ ਤੇ ਉਹ ਹਾਲਾਤ ਹੋ ਜਾਂਦੇ ਨੇ ਗਰੀਬ ਤੋਂ ਗਰੀਬ ਬੰਦਾ ਜਿਹੜਾ ਖੜਾ ਸਟੈਂਡ 'ਤੇ ਉਹ ਵੀ ਇੱਕ ਚਟਾਨ ਹੈ ਪਾਰਟੀ ਨਾਲ ਖੜਾ ਕਿਸੇ ਨਾਲ ਖੜਾ ਉਹ ਚਟਾਨ ਆ ਉਹਦਾ ਸਟੈਂਡ ਹੈ ਕੋਈ ਤੇ ਜਦੋਂ ਕੋਈ ਸਟੈਂਡ ਹੀ ਨਹੀਂ ਰਿਹਾ ਤਾਂ ਫਿਰ ਇਹ ਸਮਝੋ ਵੀ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਪੋਲੀਟਿਕਸ ਹੈ ਨਾ ਇਹ ਨਿੱਜੀ ਸਵਾਰਥਾਂ ਵਾਸਤੇ ਬਣ ਗਈ ਹੈ ਜਿਹਦੇ ਜਿਹਦੇ ਨਿੱਜੀ ਸਵਾਰਥ ਠੀਕ ਹੋ ਜਾਂਦੇ ਨੇ ਉਹ ਕਹਿੰਦੇ ਤਾਂ ਬੱਲੇ ਬੱਲੇ ਆ ਪਾਰਟੀ ਪਰ ਇਸ ਹਲਕੇ ਦੇ ਕਾਫੀ ਨਿੱਜੀ ਸਵਾਰਥ ਬਾਦਲ ਪਰਿਵਾਰ ਨੇ ਪੂਰੇ ਵੀ ਤਾਂ ਕਰੇ ਆ ਬਹੁਤ ਲੋਕ ਜਿਹੜੇ ਜਿਹਨੇ ਨਿੱਜੀ ਤੌਰ 'ਤੇ ਜਿਹਦਾ ਫਾਇਦਾ ਹੋ ਗਿਆ ਉਹ ਕਿਵੇਂ ਟੁੱਟੂਗਾ ਫਾਇਦਾ ਜਿਹਨਾਂ ਦਾ ਹੋ ਗਿਆ ਕੁਛ ਫਾਇਦਾ ਲੈ ਗਏ ਨੇ ਉਹ ਲੱਗੇ ਹੋਏ ਨੇ ਉਹਨਾਂ ਦੇ ਨਾਲ ਜੀ ਠੀਕ ਹੈ ਔਰ ਕਿਤੇ ਨਾ ਕਿਤੇ ਜਾ ਕੇ ਕਿਤੇ ਨਾ ਕਿਤੇ ਕਮੀ ਆਉਂਦੀ ਹੈ ਅਤੇ ਉਹ ਟੁੱਟਦੇ ਵੀ ਨੇ ਬੰਦੇ ਬੰਦੇ ਨਾਲ ਖੜੇ ਹੁੰਦੇ ਆ ਤੁਹਾਡੇ ਨਾਲ ਵੀ ਖੜੇ ਸਾਡੇ ਨਾਲ ਖੜੇ ਨੇ ਸਾਡੇ ਨਾਲ ਬੰਦੇ ਖੜੇ ਨੇ ਅਸੀਂ ਜੋ ਕੰਮ ਕੀਤੇ ਨੇ ਲੋਕਾਂ ਦੇ ਸਾਡੇ ਨਾਲ ਲੋਕ ਖੜੇ ਨੇ ਹਰ ਪਿੰਡ 'ਚ ਸਾਡਾ ਧੜਾ ਹਰ ਜਗ੍ਹਾ 'ਤੇ ਸਾਡੇ ਬੰਦੇ ਨੇ ਆਪਦੇ ਅਸੀਂ ਉਹਨਾਂ ਨੂੰ ਰੱਖਿਆ ਨਾ ਜਿਹੜੇ ਤੁਸੀਂ 10 ਸਾਲ ਕਹਿੰਦੇ ਹੋ 10 ਸਾਲ ਵੀ ਅਸੀਂ ਆਪਦੇ ਬੰਦੇ ਸਾਂਭ ਕੇ ਰੱਖੇ ਪਰ ਇੰਨਾ ਇਹ ਮਤਲਬ ਇੱਕ ਜਿਵੇਂ ਤੁਹਾਡੇ ਪਿਤਾ ਜੀ ਦੀ ਗੱਲ ਸੀ ਵੀ ਉਹ ਇੱਕ ਵਾਰੀ ਗੁਰਦੁਆਰੇ ਨਹੀਂ ਗਏ ਸੀ ਇੱਕ ਤਾਂ ਉਹ ਕਿੱਸਾ ਜ਼ਰੂਰ ਪਹਿਲਾਂ ਦਾ ਹੈ ਨਾ ਮਤਲਬ ਮੈਂ ਕਿਉਂਕਿ ਉਹਦੇ ਬਾਰੇ ਜਾਣਦਾ ਪਰ ਤੁਸੀਂ ਆਪਦੀ ਬੋਲੀ 'ਚ ਆਪਦੀ ਸੁਣਾਓ ਉਹ ਐਕਚੁਅਲੀ ਸੀ ਕੀ ਜੀ ਵੀ ਜਦੋਂ ਕਦੇ ਕੋਈ ਮੀਟਿੰਗ ਸੀ ਕਿਤੇ ਕਈ ਵਾਰੀ ਕੋਈ ਫੈਸਲੇ ਹੁੰਦੇ ਆ ਜਾਂ ਕੋਈ ਗੱਲ ਹੁੰਦੀ ਆ ਮੀਟਿੰਗ 'ਚ ਜਾਂਦੇ ਨੇ ਐਡਰੈਸ ਕਰਨੀ ਆ ਜਾਂ ਹੋਰ ਕਰਨੀ ਆ ਉਹ ਗੁਰਦੁਆਰੇ ਕਰਨ ਲੱਗੇ ਉਹ ਕਹਿੰਦੇ ਭਾਈ ਮੈਂ ਗੁਰਦੁਆਰੇ 'ਚ ਨਹੀਂ ਕਰਨੇ ਕੋਈ ਨਾ ਕੋਈ ਸ਼ਬਦ ਅਪਸ਼ਬਦ ਕਿਹਾ ਜਾਂਦਾ ਕਿਤੇ ਕੋਈ ਕਹਿਣਾ ਮਤਲਬ ਕੋਈ ਗੱਲ ਕਹੀ ਜਾਂਦੀ ਹੈ ਜੀ ਜਿਹੜੀ ਮਰਿਆਦਾ ਦੇ ਉਸ 'ਚ ਆ ਜੇ ਵੀ ਗੁਰੂ ਮਹਾਰਾਜ ਦੇ ਘਰ 'ਚ ਜਾ ਕੇ ਆਪਾਂ ਪੋਲੀਟਿਕਸ ਵਾਲੀ ਗੱਲ ਨਹੀਂ ਕਰਨੀ ਉਹ ਉਹਨਾਂ ਦੀ ਸੋਚ ਸੀ ਪਰ ਅੱਜ ਦੇ ਜ਼ਮਾਨੇ 'ਚ ਇੰਨਾ ਮਤਲਬ ਇਹ ਕਿਵੇਂ ਚੱਲੂਗਾ ਇੰਨਾ ਜੇ ਮੰਨ ਲਓ ਕੋਈ ਵੀ ਲੀਡਰ ਆ ਜੇ ਇਹ ਸੋਚ ਕੇ ਚੱਲੇ ਕਿਉਂਕਿ ਇੱਥੇ ਤਾਂ ਬਹੁਤ ਕੁਛ ਹੈ ਇਹੋ ਜਿਹਾ ਜਿਹੜਾ ਅੱਜ ਕੱਲ੍ਹ ਪੋਲੀਟਿਕਸ 'ਚ ਚੱਲਿਆ ਵਾ ਉਹ ਦੇਖੋ ਜੀ ਗੱਲ ਇਹ ਹੈ ਵੀ ਪਹਿਲਾਂ ਲੋਕ ਜਿਹੜੇ ਆ ਨਾ ਲੀਡਰ ਕੁਰਸੀ ਨੂੰ ਸਹਾਰਾ ਦਿੰਦਾ ਸੀਗਾ ਹਾਂ ਅੱਗੇ ਇਹ ਹੁੰਦਾ ਸੀ ਵੀ ਜਿਹੜਾ ਬੰਦਾ ਬੈਠਦਾ ਸੀ ਕੁਰਸੀ 'ਤੇ ਉਹ ਕੁਰਸੀ ਨੂੰ ਤਾਕਤ ਮਿਲਦੀ ਸੀ ਬਈ ਆਹ ਬੰਦਾ ਕਿਰਦਾਰ ਵਾਲਾ ਬੈਠਾ ਹੈ ਤਕੜਾ ਬੈਠਾ ਹੈ ਸੋਚ ਵਾਲਾ ਬੈਠਾ ਚੰਗੀ ਸੋਚ ਵਾਲਾ ਬੈਠਾ ਚੰਗੇ ਕਰੈਕਟਰ ਵਾਲਾ ਬੈਠਾ ਠੀਕ ਹੈ ਨਾ ਹੁਣ ਇਹ ਸਿਸਟਮ ਸਾਰਾ ਉਲਟਾ ਹੋਇਆ ਪਿਆ ਜੀ ਹੁਣ ਉਹਦਾ ਸਹਾਰਾ ਦਿੰਦਾ ਲੀਡਰ ਨੂੰ ਬਈ ਉਹਨੂੰ ਕੁਰਸੀ ਮਿਲਦੀ ਹੈ ਤਾਂ ਫਿਰ ਉਹ ਕਹਿੰਦਾ ਵੀ ਮੈਂ ਚੇਅਰਮੈਨ ਬਣ ਗਿਆ ਮੈਂ ਫਲਾਨਾ ਬਣ ਗਿਆ ਅਤੇ ਮੇਰੀ ਇੱਜ਼ਤ ਕਰੋ ਜਿਹੜੀ ਇੱਜ਼ਤ ਹੈ ਇੱਜ਼ਤ ਤਾਂ ਵੈਸੇ ਹੋਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਲੋਕਾਂ ਦੇ ਆਮ ਮਾਰਾ ਜ਼ਿੰਦਗੀ 'ਚ ਥੋੜ੍ਹਾ ਇੱਜ਼ਤ ਅਤੇ ਸਤਿਕਾਰ ਹੈ ਇਹ ਤਾਂ ਤੁਹਾਨੂੰ ਖੱਟਣਾ ਪੈਂਦਾ ਠੀਕ ਹੈ ਇਹ ਕਿਸੇ ਦਾ ਦਿੱਤਾ ਨਹੀਂ ਆਉਂਦਾ ਜੇ ਤੁਹਾਨੂੰ ਕਿਸੇ ਨੂੰ ਕਈ ਮੈਂ ਦੇਖੇ ਨੇ ਲੋਕ ਗਨਮੈਨ ਲੈਣ ਪਿੱਛੇ ਪੈਰਾਂ 'ਚ ਡਿੱਗੇ ਰਹਿੰਦੇ ਨੇ ਉਹ ਵੀ ਨੇ ਬਾਹਰ ਜਾ ਕੇ ਲੀਡਰ ਬਣਦੇ ਨੇ ਜੇ ਬੰਦਾ ਆਪਦੀ ਨਿਗਾਹ 'ਚ ਹੀ ਡਿੱਗ ਪਿਆ ਤਾਂ ਫਿਰ ਉਹਨੇ ਕਰਨਾ ਕੀ ਹੈ ਜ਼ਿੰਦਗੀ 'ਚ ਗੱਲ ਹੀ ਉੱਥੇ ਖਤਮ ਹੋ ਜਾਂਦੀ ਹੈ ਅੱਛਾ ਅਤੇ ਹੁਣ ਜਿਹੜਾ ਇੱਥੇ ਲੰਬੀ ਦੀ ਜੇ ਆਪਾਂ ਗੱਲ ਕਰੀਏ ਇੱਥੇ ਕੀ ਤੁਹਾਨੂੰ ਲੱਗਦਾ ਵੀ ਯਾਰ ਇਹ ਨਹੀਂ ਹੋਇਆ ਵੀ ਇਹ ਤਾਂ ਹੋਣਾ ਚਾਹੀਦਾ ਸੀ ਜਾਂ ਤੁਸੀਂ ਕਰੋਗੇ ਉਹਨੂੰ ਕੀ ਇਹੋ ਜਿਹਾ ਸਭ ਤੋਂ ਪਹਿਲਾਂ ਤਾਂ ਲੰਬੀ ਦੇ ਲੋਕਾਂ ਦਾ ਮਾਣ ਅਤੇ ਸਤਿਕਾਰ ਬਹਾਲ ਕਰਨਾ ਇਹਨਾਂ ਨੇ ਜੋ ਲੋਕਾਂ ਦਾ ਹਾਲ ਕੀਤਾ ਨਾ ਲੋਕਾਂ ਨੂੰ ਮਤਲਬ ਸਿਕੰਜੇ 'ਚ ਲੈ ਕੇ ਉਹ ਕਿਵੇਂ ਉਹ ਧੱਕੇਸ਼ਾਹੀ ਪਰਚੇ ਧੱਕੇ ਨਾਲ ਲੋਕਾਂ ਨੂੰ ਨਾਲ ਜੋੜਨਾ ਜਿਹੜੇ ਕੰਮ ਗਲਤ ਇੱਥੇ ਹੁੰਦੇ ਰਹੇ ਨੇ ਉਹਨਾਂ ਵਿੱਚ ਹਿੱਸੇਦਾਰੀਆਂ ਰਹਿਣੀਆਂ ਇੱਥੋਂ ਤੱਕ ਤਾਂ ਇਹ ਵੀ ਜੇ ਕਿਸੇ ਦਾ ਡੈਥ ਸਰਟੀਫਿਕੇਟ ਲੈਣਾ ਤਾਂ ਉਹ ਨਹੀਂ ਮਿਲਦਾ ਸੀਗਾ ਉਹ ਵੀ ਹਿੱਸੇ ਮੰਨਦੇ ਸੀਗੇ ਇਹ ਅਤੇ ਜਿਹੜਾ ਉਹ ਸਭ ਕੁਛ ਹੁੰਦਾ ਰਿਹਾ ਤਾਂ ਲੋਕ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜ ਰਹੇ ਨੇ ਇੱਥੋਂ ਉਹ ਉਹਨਾਂ ਦੀ ਉਮਰ 97 ਹੈ ਇਸ ਵੇਲੇ ਠੀਕ ਹੈ ਜਾਂ 96 ਹੈ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ ਪਰ ਜਦੋਂ ਪਿਛਲੇ ਵਾਰੀ ਵੀ ਬਣਿਆ 10 ਸਾਲ ਉਹਨਾਂ ਨੇ ਇਹ ਹਲਕਾ ਠੇਕੇ 'ਤੇ ਹੀ ਰੱਖਿਆ ਇਹ ਠੇਕੇਦਾਰ ਸੀ ਪੰਜ ਪੰਜ ਸੱਤ ਸੱਤ ਪਿੰਡਾਂ ਵਾਲੇ ਇਹੀ ਚਲਾਉਂਦੇ ਸੀ ਸਾਰਾ ਕੁਛ ਜਿਵੇਂ ਕਹਿ ਦਿੰਦੇ ਸੀ ਉਵੇਂ ਹੋਈ ਜਾਂਦਾ ਸੀਗਾ ਅਤੇ ਛੋਟੀਆਂ ਛੋਟੀਆਂ ਦੋ ਭਰਾਵਾਂ ਨੂੰ ਲੜਾ ਤਾ ਇਹ ਇੱਕ ਸੁਬਾਹ ਆ ਗਿਆ ਘਰੇ ਇੱਕ ਸ਼ਾਮ ਨੂੰ ਆ ਗਿਆ ਘਰੇ ਦੋਨੇ ਤੋਰੀ ਫਿਰੇ ਇਸ ਹਿਸਾਬ 'ਚ ਲਈ ਫਿਰਦੇ ਸੀ ਸਾਰਿਆਂ ਨੂੰ ਹੁਣ ਜਾਗਰਤੀ ਆ ਗਈ ਲੋਕਾਂ ਨੂੰ ਅਸੀਂ ਸਿਰ ਜੋੜਨ ਦੀ ਰਾਜਨੀਤੀ ਕਰਦੇ ਹਾਂ ਇਹ ਸਿਰ ਤੋੜਨ ਦੀ ਰਾਜਨੀਤੀ ਕਰਦੇ ਆ ਨਵੇਂ CM ਆਏ ਕੋਈ ਉਹਦੇ ਨਾਲ ਫਰਕ ਪਊਗਾ ਨਵੇਂ CM ਆਏ ਚੰਨੀ ਸਾਹਿਬ ਦੀ ਗੱਲ ਕਰਦੇ ਤੁਸੀਂ ਹਾਂ ਚੰਨੀ ਸਾਹਿਬ ਨਾਲ ਫਰਕ ਪਿਆ ਕਿਉਂ ਨਹੀਂ ਪਿਆ ਦੇਖੋ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਉਹਨਾਂ ਨੇ ਕਿਤੇ ਸੁਪਨੇ 'ਚ ਵੀ ਨਹੀਂ ਸੋਚਣਾ ਵੀ ਮੈਂ ਮੁੱਖ ਮੰਤਰੀ ਬਣ ਜਾਊਂਗਾ ਉਹ ਤਾਂ ਠੀਕ ਹੈ ਆਪ ਕਹਿੰਦੇ ਨੇ ਅਤੇ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਇਹ ਸੈਕੂਲਰ ਪਾਰਟੀ ਹੈ ਉਹ ਦੂਸਰੇ ਪਾਸੇ ਹੈ ਜਿਹੜੀ ਉਹ ਪੰਥ ਅਤੇ ਪੰਥਕ ਲੀਡਰ ਸਾਰੇ ਸਾਫ਼ ਹੋ ਗਏ ਉਹ ਸਿਰਫ ਇੱਕ ਰੀਜਨਲ ਪਾਰਟੀ ਔਰ ਇੱਕ ਫੈਮਿਲੀ ਦੇ ਕੰਟਰੋਲ 'ਚ ਆ ਗਈ ਹੈ ਹਰਿਆਣੇ 'ਚ ਚੁਟਾਲਿਆਂ ਦੇ ਥੱਲੇ ਉਹਨਾਂ ਦੀ ਪਾਰਟੀ ਦਾ ਕੀ ਹਾਲ ਹੋਇਆ ਉਹ ਉਸੇ ਪਾਸੇ ਨੂੰ ਇਹ ਜਾ ਰਹੇ ਨੇ ਇਹ ਸਮਾਂ ਹੈ ਥੋੜ੍ਹਾ ਜਿਹਾ ਦੇਖਿਓ ਤੁਸੀਂ ਉਹ ਹੀ ਹੋਣਾ ਹੋ ਵੀ ਗਿਆ ਔਰ ਇਹ ਹੋਰ ਫਰਦਰ ਜਾਊਗਾ ਇਹ ਉਸੇ ਪਾਸੇ ਨੂੰ ਜਾਣਾ ਇਹਨਾਂ ਨੇ ਕਿਉਂ ਲੱਗਦਾ ਤੁਹਾਨੂੰ ਲੋਕ ਕਹਿੰਦੇ ਆ ਇਹ ਗੱਲਾਂ ਹਾਂ ਕਹਿੰਦੇ ਨੇ ਲੋਕ ਟੁੱਟ ਰਹੇ ਨੇ
लोग दबा हेठ ने तो लोगों अच्छ झंडे लाने ने लोग प्रोग्राम करके चले जाते हैं। इन्हों के जोड़े करिंदे ने रखे हुए जोड़े मसंद ने उन्होंने करिंदे ने तुम तो हल्के जाके देखो खंभे से भी झंडा ला देंगे डंडे झंडा पाई तुरे जाते हैं जो भी बादल साहब का प्रोग्राम अज जो प्रोग्राम खत्म हो जाता झंडे उतरे जाते हैं किधर जाते हैं। नहीं ये गल तो मैं भी हैरान होना कदे कदे भी उन्नी वोट नहीं वादी जिन्हें मैंने लंबी च झंडे दिसते होंगे वो साइकोलॉजी तो खेड़ जी मतलब साइकोलॉजिकली खेड़ लोगों ना सोचता भी झंडिया ना ही आप एक बार कर लो भी बादल साहब अब प्रोग्राम ला दो झंडे से झंडा चढ़ा दो एक बार तो एक प्रभाव पाने की कोशिश करते हैं पर लोगों के मन जितने की लड़ है। ठीक है उन्होंने कद रहा है सारी आपकी पांच साल उन्होंने पहला उधरों जिते रहे इधरों जिते रहे हैं पर उदो लोग भी अनपढ़ से इतने सैकुल लोगों के जी अज की जागृति है वो घट से हूँ बहुत ज्यादा पर जी कोई भी मान लो वैसे थोड़ा हल्के सारे जानते हैं क्योंकि पर हल्का लंबा है जो किसी ने नवा बंदा सुन रहा है ना तो आपकी जिंदगी किवें डिस्क्राइब कर दो यात्रा की रही है हूँ तक की लोग सेवा च रही है जी हाँ आपका जो टाइम है लोगों दिता है उन्होंने जो काम काज है जो सा जुड़े हुए परिवार ने अस उन्होंने आपका परिवार समझते हैं उन्होंने निजी जी सांझ है तीजी तीजी पीढ़ी च सांझ है साड़ी वो परिवार तुरे आते हैं साढ़े नालों में क्योंकि साफ सुथरे परिवार ने माड़ा काम नहीं कोई करना अगला कहता असं कड़ा कोई माड़ा काम करना भी सानू किसी का की डर है तो वह खड़े ने साढ़े नाल उतरा चढ़ा आते रहते हैं तो पछा होंगी रही है पर जोड़े रिश्ते नाते है वह पक्के है वह खड़े है साढ़े उ बहुत बहुत शुक्रिया। हाँ जी तुम गल पूरी कर लो पहले और अपना मैं एक भी कहना चाहता सी जो आम आदमी पार्टी उत्ते आप गल कर रहे थे इन्हों का जोड़ा सिस्टम है वो हूँ पंजा साल बाद इतने आए ठीक है हूँ डब्बे रख लेने हूँ केजरीवाल ने जोड़े बंदे लेने कितों आए ने सारे सारे अपरचुनिस्ट ने मौका प्रस्त ने और केजरीवाल कहता भी मौका प्रस्त मैं चाहिए तो एक मौका मैनू दे दौ वो एक मौका भालदा भी एक मौके से मैं पंजाब नूं साफ कर जूंगा ठीक है पहला दिल्ली का पैसा पंजाब चला रहा पंजाब का पैसा चक उन्हें दूजे स्टेटा च वो ख्याल तो ख्वाब बहुत वड्डे ने और वह चाहता भी मैं कि प्राइम मिनिस्टर बनना या कुछ बनना है पंजाबी एक बार ठगे गए दोबारा नहीं ठगे जाते पंजाबियों ने पिछले बार पता नहीं किवें वोटा माड़िया मोटिया पातियां ऐतकी वह भी नहीं पैनिया तो जोड़े बंदे चुनते ने सारिया पार्टिया चो आए कहते भी कह रहे हो पंजाबी एक बार ठगे गए ऐतकी नहीं ठगे जाते कहते पंजाबियों ने पिछली बार गलती कर ली ऐतकी नहीं करते नहीं नहीं गलती पिछले बार ही की पंजाबियों पंजाबियों ने सुधार लिया मौका सामभ लिया मौके से जाके किमें क्योंकि उन्होंने समझ आ गई जो छोटे पुर वर्ग के जो बंद चंगे बंद से कई लीडर से जिन्हें इन्होंने इल्जाम ला ला के कड़े चीफ मिनिस्टर के चक्कर चाहिए कितने बन ना जाने या पार्टी ना लोग उन्होंने नाल लग गए इन्हों लगे भी सानू ही ना कि छड़ जाए केजरीवाल लगे मैं ही ना कि बहर हो जाँ भाई दुध चो मक्खी कट के मार देंगे तो उदो इन्होंने सारा आपका खिलारा खिलारिया तो हूँ भी लोगों को पता भी की चाहते हैं कि टेलीफोना कर लिया सर्वे कितने कुछ कर लिया अखीर गल तो उत्थे जाके खड़ती है जिते उन्हें आप देते हाँ तो बहुत बहुत शुक्रिया गलबात करने के लिए थैंक यू ओके तो तुम जुड़े रहो अखर के नाल बहुत सारिया होर वीडियोज़ लैके आते रहेंगे जो वसते रहो।